ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਪੁੱਤਰ ਜੀ। ਮੈਂ ਕਿਹਾ ਕੀ ਹਾਲ ਚਾਲ ਆ? ਠੀਕ ਹੈ ਸਰ, ਬਹੁਤ ਵਧੀਆ। ਅੰਕਲ ਜੀ ਕੀ ਦੇ ਰਹੇ ਹੋ ਜਰਾ ਦੱਸੋਗੇ ਜੀ? ਬਸ ਇੱਕੋ ਹੀ ਆਈਟਮ ਹੈ ਜੀ। ਇਹਨੂੰ ਕਹਿੰਦੇ ਕੀ ਆ ਜੀ? ਇਹਨੂੰ ਪਕੌੜੇ ਜੀ। ਇੱਕ ਛਰਲਾ ਮੈਂ ਤੁਹਾਡਾ ਸੁਣਿਆ ਸੀਗਾ, ਉਹ ਚੱਕਰ ਕੀ ਆ? ਹਾਂਜੀ ਹਾਂਜੀ। ਹੁੰਦਾ ਕੀ ਬੇਸਿਕਲੀ ਛਰਲਾ? ਛਰਲਾ ਬਸ ਛੋਟੇ ਛੋਟੇ ਆਲੂ ਹੁੰਦੇ ਆ, ਉਹਨੂੰ ਪੌੜੀ ਲਾ ਕੇ ਬਸ ਸਜਾਏ ਹੁੰਦੇ ਆ, ਉਹਦੇ ਦੇ ਆਲੂ ਹੀ ਹੈ। ਕੁਦਰਤੀ ਹੈ ਕਿ ਤੇ ਨਾਮ ਕਿਦਾਂ ਬਣਿਆ ਉਹਦਾ? ਛਰਲਾ। ਛਰਲੇ ਕਿਉਂ ਕਿਹਾ ਜਾਂਦਾ? ਛਰਲਾ ਬਸ ਜਿੱਦਾਂ ਛੋਟੇ ਆਲੂ ਨੂੰ ਗੋਲੀ ਕਿਹਾ ਜਾਂਦਾ ਸੀ ਨਾ, ਗੋਲੀ। ਹਾਂਜੀ, ਇਸ ਬੇਸਿਕ ਮਤਲਬ ਇੱਕ ਮਿੰਟ, ਛੋਟੇ ਛੋਟੇ ਆਲੂ ਨੂੰ ਗੋਲੀ ਕਹਿੰਦੇ ਸੀ ਨਾ। ਅੱਛਾ, ਛੋਟੀ ਗੋਲੀ ਹੈ, ਇਸ ਬੇਸਿਕ ਨੂੰ ਛਰਲਾ ਕਿਹਾ ਜਾਂਦਾ। ਇਹ ਗੱਲ ਹੈ ਜਿਸ ਕਰਕੇ ਛਰਲਾ ਕਿਹਾ ਜਾਂਦਾ। ਛਰਲਾ ਕਿ ਬੇਸਿਕਲੀ ਗਾਂਧੀ ਦੇ ਵਿੱਚ ਜਿੱਦਾਂ ਉਹਨਾਂ ਦੀ ਗੋਲੀ ਹੁੰਦੀ ਆ, ਉਹਨੂੰ ਪੰਜਾਬੀ ਵਿੱਚ ਛਰਲਾ ਕਹਿੰਦੇ ਆ। ਉਹ ਤੋਂ ਹੀ ਦਾ ਨਾਮ ਛਰਲਾ ਪੈ ਗਿਆ ਸਾਡੇ ਜਦੋਂ ਤੋਂ ਪਹਿਲੇ ਦੀਆਂ ਗੱਲਾਂ ਨੇ। ਹਾਂ, ਕੀ ਬਾਤ ਹੈ। ਅੱਛਾ, ਇੱਕ ਗੱਲ ਮੈਂ ਪੁੱਛਣੀ ਸੀਗੀ ਕਿ ਪਕੌੜੇ ਕਿਹੜੇ ਵਿੱਚ ਤਲਦੇ ਆ ਜੀ? ਇਹ ਸਰੋਂ ਦੇ ਤੇਲ ਵਿੱਚ, ਆਇਲ, ਮਸਟਰਡ ਆਇਲ। ਕੀ ਬਾਤ ਹੈ। ਅੱਛਾ, ਇੱਕ ਹਰ ਤੁਸੀਂ ਇੱਥੇ ਤੁਹਾਡਾ ਲਗਾਤਾਰ ਹੀ ਭੱਠੀ ਉੱਤੇ ਚੱਲਦਾ ਰਹਿੰਦਾ ਹੈ, ਹੈ ਨਾ? ਹਾਂਜੀ ਹਾਂਜੀ। ਤੇ ਕਿੰਨੇ ਕੁ ਕਿਲੋ ਪਕੌੜੇ ਰੋਜ਼ ਬਣਦੇ ਜੀ? ਇਹ ਤਾਂ ਕੋਈ ਆਈਡੀਆ ਨਹੀਂ ਲਾਇਆ, ਬਸ ਰੋਟੀ ਮਿਲਦੀ ਜਾਂਦੀ ਫਸਟ ਕਲਾਸ, ਸਾਡੇ ਰੋਟੀ ਦਾ ਗਰਜ਼ ਹੈ। ਕਿੰਨੀ ਉਮਰ ਹੋ ਗਈ ਜੀ ਆਪਣੀ? 72 ਜੀ। 72 ਇਅਰਸ। ਮੈਂ ਸਲਿਊਟ ਆ ਤੁਹਾਨੂੰ ਜਿਹੜਾ ਕੋਈ 70 ਸਾਲ ਦੀ ਉਮਰ ਵਿੱਚ ਵੀ, ਮਤਲਬ 70 ਪਲੱਸ ਸਾਲ ਵਿੱਚ ਵੀ ਤੁਸੀਂ ਕੰਮ ਕਰੀ ਜਾਂਦੇ। ਨਹੀਂ ਤਾਂ ਜੀ ਅੰਕਲ ਜੀ, ਇਸ ਉਮਰ ਵਿੱਚ ਬੰਦਾ ਘਰੇ ਬੈਠ ਕੇ ਆਰਾਮ ਦੇ ਨਾਲ ਰੋਟੀਆਂ ਖਾਂਦਾ। ਬੜੇ ਬੜੇ ਬੱਚਾ ਹੀ ਉਹ ਸਵਾਲ ਕਰਦਾ ਹੈ ਥੋੜੇ ਦਿਨ ਹੋ ਗਏ ਆ। ਅੱਛਾ, ਕੀ ਕਹਿੰਦਾ ਸੀਗਾ? ਛੋਟੀ ਬੱਚੀ ਕਹਿੰਦੀ, ਅੰਕਲ ਜੀ ਤੁਹਾਡੇ ਬੱਚੇ ਇਸ ਕੰਮ 'ਚ ਨਹੀਂ ਆਏ? ਮੈਂ ਕਿਹਾ ਨਹੀਂ, ਉਹ ਅਲੱਗ ਹੀ ਕੰਮ ਕਰਦੇ, ਸੈਂਟਰੀ ਵਗੈਰਾ ਦਾ। ਤੁਸੀਂ ਉਹ ਕਿਉਂ ਨਹੀਂ ਵਿੱਚ ਆਏ? ਮੈਂ ਤੁਸੀਂ ਕਿਉਂ ਪੁੱਛਿਆ? ਕਹਿੰਦੀ ਮੈਂ ਤਾਂ ਪੁੱਛਿਆ, ਤੁਹਾਡੀ ਇੰਨੀ ਏਜ ਹੋ ਗਈ, ਤੁਸੀਂ ਇੰਨੀ ਏਜ ਦੇ ਵਿੱਚ ਕੰਮ ਕਰ ਰਹੇ ਹੋ, ਅਤੇ ਮੈਨੂੰ ਤਾਂ ਮੇਰੇ ਮਨ ਨੂੰ ਤਰਸ ਜਿਹਾ ਆਇਆ ਵੇ ਕਿ ਬਜ਼ੁਰਗ ਹੋ ਗਏ, ਓਲਡ ਏਜ ਕੰਮ ਕਰ ਰਹੇ ਨੇ। ਕੰਮ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਔਰ ਬਾਬਾ ਜੀ ਦੇ ਨਾਂ ਨੂੰ ਚਲਾਉਣ ਵਾਸਤੇ। ਜੰਗ ਨਾ ਲੱਗੇ ਆਪਣੀ ਪੌੜੀ ਨੂੰ, ਤਾਂ ਕਰਕੇ ਵੀ ਕਹਿੰਦੇ ਜੇ ਬੰਦਾ ਮੰਜੇ ਤੇ ਪੈ ਗਿਆ ਨਾ ਇੱਕ ਵਾਰ, ਉਸ ਤੋਂ ਬਾਅਦ ਫਿਰ ਉਹ ਮਤ ਸਦਾ ਬਾਹਰ ਨਹੀਂ ਉੱਠਦਾ। ਇੱਕ ਸਰੀਰ ਨੂੰ ਮਤਲਬ, ਇੱਕ ਤੁਹਾਨੂੰ ਇੱਥੇ ਆ ਕੇ ਜਿਹੜੇ ਲੋਕਾਂ ਨਾਲ ਤੁਸੀਂ ਗੱਲ ਕਰਦੇ ਹੋ, ਉਹ ਤੁਹਾਡਾ ਮਨ ਲੱਗਾ ਦਿੰਦਾ, ਮਨ ਲੱਗਾ ਦਿੰਦਾ, ਨਾਲੇ ਸਾਡਾ ਖਾਣ ਪੀਣ ਵੀ ਬਣਿਆ ਰਹਿੰਦਾ। ਅੰਕਲ ਜੀ, ਫਿਰ ਤਾਂ ਤੁਸੀਂ ਖੋਤੀ ਪਕੌੜੇ ਖਾ ਲੈਂਦੇ ਹੋਗੇ ਕਿਲੋ ਕੁ? ਸਹੀ ਗੱਲ ਆ, ਆ ਤਾਂ ਹੀ ਸਿਹਤ ਦਾ ਰਾਜ ਵੀ ਉਹੀ ਲੱਗਦਾ ਪਿਆ। ਹਾਂਜੀ ਹਾਂਜੀ, ਥੈਂਕ ਯੂ ਜੀ। ਅੰਕਲ ਜੀ ਕਿੰਨੇ ਵਜੇ ਆਉਂਦੇ? ਸਵੇਰੇ 9 ਵਜੇ ਆਈਦਾ, 11 ਵਜੇ ਕੰਮ ਸ਼ੁਰੂ ਕਰੀਦਾ। ਅੱਛਾ ਜੀ, ਤੇ ਚੌਂਕ ਕਿਹੜਾ ਹੈਗਾ? ਇਹ ਗੇਟ ਆ ਕੀ ਮਾ ਅੰਮ੍ਰਿਤਸਰ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ? 9 ਤੋਂ 11। 9 ਤੋਂ ਸਵੇਰੇ 11 ਤੋਂ ਰਾਤ 9 ਵਜੇ। ਤੇ ਆ ਚੈੱਕ ਕਰੋ ਜੀ, ਇੱਕ ਗੱਲ ਸਪੈਸ਼ਲ ਮੈਂ ਚੈੱਕ ਕੀਤੀ ਆ, ਆ ਟਿੱਕੀ ਚੈੱਕ ਕਰੋ ਪਹਿਲਾਂ ਤਾਂ ਟਿੱਕੀ, ਤੇ ਆ ਪਰਾਤ ਚੈੱਕ ਕਰੋ ਜੀ। ਇਹ ਕਿਹੜੀ ਪਰਾਤ ਹੈ ਜੀ? ਮੈਂ ਇੱਥੇ ਤਾਂ ਭਾਂਡੇ ਨਹੀਂ ਦੇਖਿਆ ਅੱਜ ਕੱਲ੍ਹ। ਇਹ ਪਹਿਲੇ ਸਮੇਂ ਦੇ ਬਣੀ, ਅੱਜ ਕੱਲ੍ਹ ਤਾਂ ਮਿਲਦੀ ਵੀ ਨਹੀਂ, ਇਹ ਕਹਿ ਕੇ ਬਣਵਾਈ ਸੀ ਹੁਣ ਥੋੜ੍ਹੀ ਦੇਰ ਪਹਿਲੇ। ਅੱਛਾ ਜੀ। ਹਾਂਜੀ ਜੀ। ਅਤੇ ਪਿੱਤਲ ਦੀ ਹੈ? ਪਿੱਤਲ ਦੀ ਪਰਾਤ ਵਿੱਚ ਤੁਸੀਂ ਪਕੌੜੇ ਉਹ ਉਂਝ ਹੀ ਰੱਖਦੇ ਜਿੱਦਾਂ ਪੁਰਾਣੇ ਸਟਾਈਲ ਵਿੱਚ ਪਹਿਲਾਂ ਰੱਖਦੇ ਹੁੰਦੇ ਸੀਗੇ। ਜੀ ਜੀ। ਕਿਆ ਬਾਤ ਹੈ, ਇੱਕ ਉਹ ਪਕੌੜੇ ਬਣਾ ਕੇ ਦਿਖਾਉਂਗੇ ਦੁਬਾਰਾ ਤੋਂ। ਲਓ ਸਰ। ਲਓ ਜੀ, ਇਹ ਬੇਸਨ ਦਾ ਮੈਟਰ ਹੈਗਾ, ਉਹਦੇ ਵਿੱਚ ਕੀ ਕੀ ਪਾਇਆ? ਇਹ ਤੋਂ ₹50। ਅੰਮ੍ਰਿਤਸਰ ਦੀ ਤੇ ਜਦੋਂ ਗੱਲ ਕਰਦੇ ਆਪਾਂ ਅੰਮ੍ਰਿਤਸਰ ਦੇ ਜ਼ਾਇਕੇ ਦੀ, ਸਵਾਦ ਦੀ, ਤੇ ਜਿਹੜੇ ਉਹਦੇ ਨਗੀਨੇ ਨੇ ਜਿਨ੍ਹਾਂ ਕਰਕੇ ਅੰਮ੍ਰਿਤਸਰ ਦਾ ਨਾਮ ਫੇਮਸ ਆ, ਇਹ ਨੇ ਉਹ ਲੋਕ, ਇਹ ਮਿਹਨਤੀ ਲੋਕ ਨੇ ਔਰ ਜਾਦੂ ਆ ਜੀ ਇਹਨਾਂ ਦੇ ਹੱਥਾਂ ਦਾ ਜਾਦੂ, ਅਮੇਜ਼ਿੰਗ ਭਾਜੀ। ਇਹ ਜਾਦੂ ਦੇਖਦਾ ਪਿਆ ਪਕੌੜੇ ਨਾ, ਮਤਲਬ ਦੂਰੋਂ ਦੀ ਖੁਸ਼ਬੂ ਜਿਹੜੀ ਹੈਗੀ ਖਿੱਚ ਲਿਆਉਂਦੀ ਹੈ, ਅਟ੍ਰੈਕਸ਼ਨ ਆ।
मतलब बंदा उत्थे मतलब बंदा उत्थे खड़ा होएगा ना ते उत्तों सीधे ही मतलब अट्रैक्ट हो के जिदा मैगनेट होंदा ना मैगनेट लोहे नूं चिपकदा उत्थे अंकल जी दी है जिहड़ी खुशबू हैगी पकौड़िया दी इह उह कीमा दे गेट तों इत्थे तक खिच लियांदी आ जिस करके जो भुख हैगी ना होर भी लग जाती है। और जिन्हें नाल मिलने वाला जिहड़ा कुलचा अमृत वाली भट्ठ वाला कुलचा मिलता ना वह भी पकौड़िया दे नाल और चटनी जिहड़ी पुदीने वाली विच की पाया होंदा चटनी जी ट्राई कर सकते हो बाबा बुढ़ा माल जी के पकौड़े तो इदा की वधिया वधिया शानदार वीडियो ताड़ा भाई गुरविंदर सिंह लेके आता रहेगा। सो मिलते हैं अगली वीडियो सत श्री अकाल।